ਮਾਈਨਿੰਗ ਦਾ ਮੁੱਦਾ ਫਿਲਹਾਲ ਕੈਪਟਨ ਸਰਕਾਰ ਦੇ ਕਾਬੂ ਹੇਠ ਆਉਂਦਾ ਨਹੀਂ ਜਾਪਦਾ ਕਿਉਂਕਿ ਪੰਜਾਬ ਸਰਕਾਰ ਨੇ ਤੀਜੀ ਵਾਰ ਖੱਡਾਂ ਦੀ ਬੋਲੀ ਰੱਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮੰਤਰੀ ਮੰਡਲ ਨੇ ਆਪਣੀ 19 ਅਪ੍ਰੈਲ ਦੀ ਮੀਟਿੰਗ ਵਿੱਚ ਈ ਨਿਲਾਮੀ ਰਾਹੀਂ ਰੇਤੇ ਦੀਆਂ ਖੱਡਾਂ ਦੀ ਬੋਲੀ ਕਰਵਾਉਣ ਨੂੰ ਹਰੀ ਝੰਡੀ ਦਿੱਤੀ ਸੀ। ਇਸ ਦੇ ਤਹਿਤ 5 ਮਈ ਨੂੰ 59 ਖੱਡਾਂ ਦੀ ਬੋਲੀ ਕਰਵਾਉਣ ਦੀ ਪ੍ਰਕਿਰਿਆ ਤਕਰੀਬਨ ਮੁਕੰਮਲ ਹੋ ਚੁੱਕੀ ਸੀ, ਪਰ ਹੁਣ ਇਹ ਬੋਲੀ ਰੱਦ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕੈਪਟਨ ਸਰਕਾਰ ਬਣਨ ਤੋਂ ਬਾਅਦ ਤੀਜੀ ਵਾਰ ਖੱਡਾਂ ਦੀ ਬੋਲੀ ਰੱਦ ਹੋਈ ਹੈ। ਪਹਿਲਾਂ 18 ਅਤੇ ਫਿਰ 24 ਅਪ੍ਰੈਲ ਨੂੰ ਬੋਲੀ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ, ਫਿਰ ਬੋਲੀ ਮੁਲਤਵੀ ਕਰਕੇ 5 ਮਈ ਤੇ ਨਿਰਧਾਰਿਤ ਕੀਤੀ ਗਈ, ਪਰ ਉਸ ਨੂੰ ਵੀ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ। ਸਰਕਾਰ ਨੇ ਜ਼ਿਲ੍ਹਾ ਜਲੰਧਰ, ਫਿਰੋਜ਼ਪੁਰ, ਮੋਗਾ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚਲੀਆਂ ਖੱਡਾਂ ਦੀਆਂ ਬੋਲੀਆਂ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਸੀ ਜੋ ਕਿ ਹੁਣ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਾਈਨਿੰਗ ਦੀ ਵੀ ਨਵੀਂ ਨੀਤੀ ਹਾਲੇ ਤੱਕ ਤਿਆਰ ਨਹੀਂ ਕੀਤੀ ਗਈ।